ਸਨਰੂਫ ਤੋਂ ਤਾਂ ਤੁਸੀਂ ਸਿਰਫ ਤਾਰੇ ਦੇਖੇ ਨੇ, ਇਸ ਗੱਡੀ ਤੁਸੀਂ ਤਾਰੇ ਦੇ ਨਾਲ ਨਾਲ ਚਾਂਦ ਵੀ ਦੇਖੋਗੇ। ਅਸੀਂ ਇਹਦੇ ਵਿੱਚ ਐਡਰੀਨੋਸ ਤੁਹਾਨੂੰ ਆਫਰ ਕਰਦੇ ਹਾਂ। ਇਸ ਗੱਡੀ ਦੇ ਵਿੱਚ ਅਲੈਕਸਾ ਦਿੱਤਾ ਜਾਂਦਾ, ਇਸ ਗੱਡੀ ਦੇ ਵਿੱਚ ਅਲੈਕਸਾ ਹੈਗਾ, ਸੋ ਯੂ ਕੈਨ ਕੰਟਰੋਲ ਨੰਬਰ ਆਫ ਫੀਚਰਸ। ਤੁਸੀਂ ਸਨਰੂਫ ਖਿਲਾਣੀ ਹੈ, ਤੁਸੀਂ ਮਿਊਜ਼ਿਕ ਆਪਰੇਟ ਕਰਨਾ ਹੈ। ਇਸ ਗੱਡੀ ਦੇ ਵਿੱਚ 35+ ਸਟੈਂਡਰਡ ਸੇਫਟੀ ਫੀਚਰ ਨੇ, ਜਿਹਦੇ ਵਿੱਚ ਅਸੀਂ ਤੁਹਾਨੂੰ ਆਪਣੀ ਏਕ ਸੀਰੀਜ਼ ਰੇਂਜ ਦੇ ਵਿੱਚ ਤੁਹਾਨੂੰ ਅਡਾਸ ਸਟੈਂਡਰਡ ਦੇਵਾਂਗੇ, ਐਂਡ ਮੋਰ ਓਵਰ 6 ਏਅਰਬੈਗ ਅਸੀਂ ਤੁਹਾਨੂੰ ਜਿਹੜੇ ਸਟੈਂਡਰਡ ਦੇ ਰਹੇ ਹਾਂ। ਕਿਆ ਬਾਤ ਹੈ ਬਾਜੀ, ਕਿਆ ਬਾਤ ਹੈ। ਜਿਹੜਾ ਜਿਹੜਾ 5 ਸੀਟਰ ਦੀ ਗੱਲ ਕੀਤੀ ਉਹ ਇਹੀ ਹੈ ਵੀ ਇੱਥੇ 3 ਜਣੇ ਆਰਾਮ ਨਾਲ ਖੁੱਲ ਕੇ ਬਹਿ ਸਕਦੇ ਆਰਾਮ ਨਾਲ। ਇੰਟੀਰੀਅਰ ਵਰਕ ਕੀਤਾ ਗਿਆ ਨਾ, ਇਹ ਥਾਰ ਰੋਕਸ ਤੇ ਬੜਾ ਕਮਾਲ ਦਾ ਕੀਤਾ ਗਿਆ। ਐਂਡ ਰੀਅਰ ਸੀਟ ਦੀ ਗੱਲ ਕਰੋਗੇ, ਇਟ ਇਜ਼ ਵੈਰੀ ਮਚ ਕੰਫਰਟੇਬਲ। ਉੱਤੇ ਜਿਵੇਂ ਹੁਣ 5 ਪਿੱਛੇ ਬੈਠੇ ਨੇ ਤੇ ਇਸ ਟਾਈਮ ਦੇ ਆ ਵੈਰੀ ਕੰਫਰਟੇਬਲ, ਐਂਡ ਮਲਟੀ ਰਿਕਲਾਈਨ ਸੀਟ ਹੈਗੀ ਹੈ। ਬੇਸ ਮਾਡਲ ਤੇ ਇਹਦੇ ਵਿੱਚ ਕੀ ਚੀਜ਼ ਨਹੀਂ ਹੋਏਗੀ? ਸੋ ਇਸ ਵਾਰ ਤੁਸੀਂ ਬੇਸ ਵੇਰੀਐਂਟ ਜੇ ਤੁਸੀਂ ਦੇਖੋਗੇ ਨਾ, ਤੁਸੀਂ ਕਹੋਗੇ ਇਹ ਬੇਸ ਹੈ ਹੀ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਬਈ ਉੱਚੀ ਉੱਚੀ ਗੱਡੀ, ਇੱਕ ਗੱਡੀ ਹੈ ਜੀ ਥਾਰ, ਥਾਰ ਹੈ ਜੀ ਨਵੇਂ ਵਾਲੀ। ਫੀਚਰਸ ਕੀ ਨੇ, ਮੈਂ ਉਹਦੇ ਵਾਸਤੇ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਅਤੇ ਮੈਨੂੰ ਐਂ ਲੱਗਦਾ ਕਿ ਜਦੋਂ ਦੀ ਇਹ ਯੂਨੋ ਸੋਸ਼ਲ ਮੀਡੀਆ 'ਤੇ ਜਾਂ ਜਦੋਂ ਪਿਕਚਰਸ 'ਤੇ ਆਉਣੀ ਸ਼ੁਰੂ ਹੋਈ ਹੈ ਨਾ ਇਹ ਥਾਰ, ਉਦੋਂ ਦੀ ਕਿਰਿਓਸਿਟੀ ਹੋਰ ਜ਼ਿਆਦਾ ਵੱਧ ਗਈ ਹੈ ਵੀ ਐਕਚੁਅਲ 'ਚ ਇਹਦੇ 'ਚ ਅਲੱਗ ਕੀ ਹੈ। ਅਤੇ ਮੇਰੇ ਨਾਲ ਹੁਣ ਸਮਝਾਉਣਗੇ ਇਕੱਲੀ ਇਕੱਲੀ ਚੀਜ਼ ਬਾਰੇ, ਇਸ ਥਾਰ ਦੇ ਯੂਨੋ ਓਬਸਟ੍ਰਕਸ਼ਨ ਜਿਹੜਾ ਦੇ ਸਕਦੇ ਨੇ, ਹੈ ਨਾ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਮੀਤ ਭਾਜੀ। ਤੁਹਾਡਾ ਨਾਮ ਕੀ ਹੈ ਬਾਈ? ਮੇਰਾ ਨਾਮ ਅਕਸ਼ੇ ਕੌਸ਼ਲ ਹੈ ਜੀ। ਓਕੇ ਜੀ। ਥਾਰ ਰੌਕਸ ਦੀ ਮੈਂ ਅਗਰ ਗੱਲ ਕਰਾਂ ਤਾਂ ਥਾਰ ਰੌਕਸ ਇਜ਼ ਫੋਰ ਦੋਜ਼ ਪੀਪਲ ਹੂ ਸੀਕ ਲਗਜ਼ੂਰੀਅਸ ਲਾਈਫ ਲਾਈਫ ਸਟਾਈਲ ਬਟ ਵਿਦਆਊਟ ਕੰਪਰੋਮਾਈਜ਼ਿੰਗ ਔਨ ਦੀ ਐਡਵੈਂਚਰ ਕੈਪੇਬਿਲਿਟੀਜ਼। ਸੋ ਮਾਈ ਕਲੀਗ ਵਿਲ ਟੈਲ ਯੂ ਮੋਰ ਅਬਾਊਟ ਦਿਸ ਵਹੀਕਲ, ਦਿਸ ਹੈਜ਼ ਗੋਟ ਅਮੇਜ਼ਿੰਗ ਫੀਚਰਸ, ਸੋ ਹੀ ਵਿਲ ਜਸਟ ਐਕਸਪਲੇਨ ਯੂ। ਭਾਜੀ ਤੁਸੀਂ ਇੰਗਲਿਸ਼ 'ਚ ਤਾਂ ਕਹਿ ਤਾ, ਆਡੀਅੰਸ ਸਾਡੀ ਪੰਜਾਬੀ ਹੈ। ਇਹ ਗੱਡੀ ਉਹਦੇ ਵਾਸਤੇ ਹੈ ਜਿਹੜੇ ਕਿ ਲਗਜ਼ਰੀਅਸ ਲਾਈਫ ਸਟਾਈਲ ਜਿਉਂਦੇ ਨੇ ਔਰ ਚਾਹੁੰਦੇ ਨੇ ਜ਼ਿੰਦਗੀ 'ਚ, ਪਰ ਵਿਦਆਊਟ ਕੰਪਰੋਮਾਈਜ਼ਿੰਗ, ਕਿ ਉਹਨਾਂ ਨੂੰ ਇਹ ਵੀ ਕੰਪਰੋਮਾਈਜ਼ ਨਹੀਂ ਚਾਹੀਦਾ ਕਿ ਇਹਦੀ ਐਡਵੈਂਚਰ ਕੈਪੇਬਿਲਿਟੀ ਵੀ ਓਨੀ ਹੋਣੀ ਚਾਹੀਦੀ ਹੈ। ਇਹ ਗੱਡੀ ਤੁਹਾਨੂੰ ਐਡਵੈਂਚਰ ਕੈਪੇਬਿਲਿਟੀ ਪਲੱਸ ਬਹੁਤ ਸਾਰੇ ਇੱਦਾਂ ਦੇ ਫੀਚਰ ਦੇਣਗੇ ਜਿਹੜੇ ਕਿ ਤੁਸੀਂ ਸ਼ਾਇਦ 2 ਕਰੋੜ ਦੀ ਗੱਡੀ 'ਚ ਵੀ ਨਾ ਦੇਖ ਪਾਓ। ਸੋ ਓਵਰ ਟੂ ਯੂ ਗੁਰਮੀਤ। ਕਿਆ ਬਾਤ ਹੈ, ਹੁਣ ਆਪਾਂ ਇੱਕ ਕੰਮ ਕਰਦੇ ਹਾਂ ਜੀ ਭਾਜੀ, ਭਾਈ ਨੇ ਜਿਹੜੀ ਇੰਸਟਰਕਸ਼ਨ ਦੇਣੀ ਸੀ ਦੇਤੀ, ਤੁਹਾਨੂੰ ਬਿਠਾਉਂਦੇ ਹਾਂ ਗੱਡੀ 'ਚ ਅਤੇ ਆਪਾਂ ਗੱਡੀ 'ਚ ਆਰਾਮ ਨਾਲ ਬਹਿ ਕੇ ਕੰਫਰਟੇਬਲ ਹੋ ਕੇ ਫਿਰ ਅਸੀਂ ਇੱਕ ਵਾਰ ਫੀਚਰਸ ਬਾਰੇ ਜਾਣਦੇ ਹਾਂ। ਤੁਸੀਂ ਉੱਧਰੋਂ ਬੈਠੋ, ਮੈਂ ਇੱਧਰੋਂ ਆਉਂਦਾ, ਅਤੇ ਆਹ ਦੇਖੋ ਜੀ ਗੱਡੀ ਦੇ ਅੰਦਰ ਤੋਂ ਫੀਚਰਸ। ਬਈ ਗੱਡੀ 'ਚ ਬਹਿ ਕੇ ਐਵੇਂ ਲੱਗਦਾ ਜਿਵੇਂ ਯੂ ਨੋ ਰੂਬੀਕੋਨ ਆਪਾਂ ਜਿਵੇਂ ਗੱਲ ਕਰੀਏ, ਹੈ ਨਾ, ਕਿਉਂਕਿ ਨਾ ਅਕਸਰ ਇਸ ਗੱਡੀ ਦੇ ਕੰਪੈਰੀਜ਼ਨ ਰੱਖਿਆ ਜਾਂਦਾ ਸੀਗਾ ਰੂਬੀਕੋਨ ਨੂੰ, ਕਿ ਯਾਰ ਰੂਬੀਕੋਨ ਵਰਗੀ ਲੱਗਦੀ ਹੈ ਕਿਉਂਕਿ ਥਾਰ ਰੌਕਸ ਹੈ ਅਤੇ ਪੂਰਾ ਰੌਕ ਕਰ ਰਹੀ ਹੈ। ਬਾਈ ਜੀ ਸਾਨੂੰ ਇੱਕ ਵਾਰ ਫੀਚਰਸ ਬਾਰੇ ਦੱਸ ਦਿਓ ਕਿ ਇਹਦੇ ਫੀਚਰਸ ਇਹਦੇ 'ਚ ਕੀ ਨੇ। ਸੋ ਭਾਜੀ ਇਸ ਗੱਡੀ ਦੀ ਗੱਲ ਕਰੀਏ, ਜਿਵੇਂ ਭਾਈ ਨੇ ਕਿਹਾ ਕਿ ਇਹ ਗੱਡੀ ਲਗਜ਼ੂਰੀਅਸ ਲਾਈਫ ਸਟਾਈਲ ਦੇ ਲਈ ਆਫਰ ਕੀਤੀ ਜਾ ਰਹੀ ਹੈ, ਤਾਂ ਜਿਸ ਸੀਟ ਦੇ ਉੱਤੇ ਤੁਸੀਂ ਬੈਠੇ ਹੋ ਦੀਜ਼ ਆਰ ਦੀ ਵੈਂਟੀਲੇਟਡ ਸੀਟਸ। ਓਕੇ, ਸੋ ਜਦ ਕਸਟਮਰ ਗਰਮੀ ਦੇ ਵਿੱਚ ਪੈਂਦਾ ਨਾ, ਦੇ ਵਾਂਟ ਦੈਟ ਵੈਂਟੀਲੇਟਡ ਸੀਟਸ ਐਂਡ ਆਲ, ਸੋ ਇਹਦੇ ਵਿੱਚ ਸਭ ਕੁਝ ਹੈਗਾ। ਨਾਲ ਦੀ ਨਾਲ ਤੁਸੀਂ ਜੇ ਦੇਖੋਗੇ ਤਾਂ ਡਿਜ਼ਾਈਨ ਫੈਕਟਰ ਦੇ ਨਾਲ 1949 ਦੇ ਵਿੱਚ ਅਸੀਂ ਸਟਾਰਟ ਕੀਤਾ ਸੀਗਾ ਆਪਣੀ ਸੀਜੇਸ ਨੂੰ, ਸਿਵਿਲੀਅਨ ਜੀਪਸ ਨੂੰ, ਐਂਡ ਅੱਜ ਅਸੀਂ 2024 ਦੇ ਵਿੱਚ ਹੈ। ਅੱਜ ਵੀ ਲੋਕਾਂ ਦਾ ਕਰੇਜ਼ ਸੇਮ ਆ, ਬਿਕੋਜ਼ ਇਹ ਗੱਡੀ ਉਹੀ ਟਾਈਮਲੈਸ ਅਤੇ ਆਈਕੋਨਿਕ ਡਿਜ਼ਾਈਨ ਜਿਹੜਾ ਹੈ ਉਹ ਆਫਰ ਕਰਦੀ ਪਈ ਹੈ। ਅੱਜ ਲਗਜ਼ੂਰੀਅਸ ਲਾਈਫ ਸਟਾਈਲ ਦੀ ਗੱਲ ਕਰਾਂਗੇ ਤਾਂ ਇਸ ਗੱਡੀ ਦੇ ਵਿੱਚ ਅਸੀਂ ਤੁਹਾਨੂੰ ਵਰਲਡ ਲਾਰਜੈਸਟ ਸਕਾਈ ਰੂਫ ਦਿੰਦੇ ਹਾਂ। ਅੰਡਰ 4.5 ਮੀਟਰ ਦੇ ਵਿੱਚ ਜਿੰਨੀ ਗੱਡੀਆਂ ਆਉਂਦੀਆਂ ਵਰਲਡ ਦੇ ਵਿੱਚ, ਯੂ ਵਿਲ ਗੈਟ ਦ ਵਰਲਡ ਲਾਰਜੈਸਟ ਸਕਾਈ ਰੂਫ। ਸਨ ਰੂਫ ਤੋਂ ਤਾਂ ਤੁਸੀਂ ਸਿਰਫ ਤਾਰੇ ਦੇਖੇ ਨੇ, ਇਸ ਗੱਡੀ 'ਚ ਤੁਸੀਂ ਤਾਰੇ ਦੇ ਨਾਲ ਨਾਲ ਚਾਂਦ ਵੀ ਦੇਖੋਗੇ। ਕੀ ਬਾਤ ਹੈ ਜੀ, ਤੁਹਾਨੂੰ ਚੰਦ ਵੀ ਦੇਖਣ ਨੂੰ ਮਿਲੇਗਾ। ਚੰਦ ਦੇਖਿਓ, ਤੇ ਬਾਈ ਜੀ ਇਹ ਆਟੋਮੈਟਿਕ ਗੱਡੀ ਹੈ? ਯੈਸ, ਦਿਸ ਇਜ਼ ਆਟੋਮੈਟਿਕ। ਤੇ ਇਹ ਟੌਪ ਮਾਡਲ ਹੈ? ਸੋ ਦਿਸ ਇਜ਼ ਨਾਟ ਦੀ ਟੌਪ ਐਂਡ ਵਨ, ਇਹ ਟੌਪ ਐਂਡ ਤੋਂ ਥੋੜਾ ਥੱਲੇ ਵਾਲਾ ਵੇਰੀਐਂਟ ਹੈ, ਤੀਜੇ ਨੰਬਰ ਵਾਲਾ ਹੋਏਗਾ। ਯੈਸ ਯੈਸ ਯੈਸ, ਓਕੇ ਗ੍ਰੇਟ ਗ੍ਰੇਟ। ਐਂਡ ਭਾਜੀ ਜੇ ਆਪਾਂ ਪੁਰਾਣੀ ਥਾਰ ਦੇਖੀ, ਹੈ ਨਾ, ਜਿਹੜੀ ਆਲਰੇਡੀ ਮਾਰਕੀਟ 'ਚ ਹੈਗੀ ਆ, ਹੁਣ ਇਹ ਜਿਹੜੀ ਨਵੀਂ ਲਾਂਚ ਹੋਈ ਹੋਈ ਹੈ, ਹੈ ਨਾ, ਇਹਦੇ ਕੰਪੈਰੀਜ਼ਨ ਮੈਂ ਥੋੜਾ ਡਿਫਰੈਂਸ ਜਾਣਨਾ ਚਾਹੂੰਗਾ ਵੀ ਅਲੱਗ ਇਹਦੇ ਵਿੱਚ ਕੀ ਹੈ,
ਸੋ ਬੇਸਿਕਲੀ ਭਾਅ ਜੀ ਇਸ ਗੱਡੀ ਦੇ ਵਿੱਚ ਜੋ ਅੱਜ ਦੀ ਬੇਸਿਕ ਰਿਕੁਆਇਰਮੈਂਟ ਹੈਗੀ ਹੈ, ਜਿਵੇਂ ਕਸਟਮਰ ਨੂੰ ਦੇ ਵਾਂਟ ਟੱਚ ਸਕਰੀਨ ਸਿਸਟਮ, ਦੇ ਵਾਂਟ ਅ ਪ੍ਰੋਡਕਟ ਜਿੱਥੇ ਕਸਟਮਰ ਕਹਿੰਦਾ ਯਾਰ ਮੈਂ ਗੱਡੀ ਦੇ ਵਿੱਚ ਬੈਠਾ ਹੋਈ ਨਾ ਤਾਂ ਵੀ ਗੱਡੀ ਦੇ ਫੀਚਰਸ ਨੂੰ ਆਪਰੇਟ ਕਰ ਸਕਾਂ, ਅਸੀਂ ਇਹਦੇ ਵਿੱਚ ਐਡਰੀਨੋਸ ਤੁਹਾਨੂੰ ਆਫਰ ਕਰਦੇ ਹਾਂ। ਇਸ ਗੱਡੀ ਦੇ ਵਿੱਚ ਅਲੈਕਸਾ ਦਿੱਤਾ ਜਾਂਦਾ, ਅਲੈਕਸਾ ਹੈਗਾ ਇਸ ਗੱਡੀ ਦੇ ਵਿੱਚ, ਅਲੈਕਸਾ ਹੈਗਾ। ਸੋ ਯੂ ਕੈਨ ਕੰਟਰੋਲ ਨੰਬਰ ਆਫ ਫੀਚਰਸ, ਤੁਸੀਂ ਸਨਰੂਫ ਖਿਲਾਣੀ ਹੈ, ਤੁਸੀਂ ਮਿਊਜ਼ਿਕ ਆਪਰੇਟ ਕਰਨਾ ਹੈ, ਤੁਸੀਂ ਗਾਣੇ ਸੁਣਨੇ, ਤਾਂ ਅਲੈਕਸਾ ਦੇ ਚਾਹੁਣ ਵਾਲੇ ਹੋ ਤੁਹਾਨੂੰ ਅਲੈਕਸਾ ਵੀ ਇਸ ਗੱਡੀ 'ਚ ਮਿਲੂਗੀ। ਅਤੇ ਸਭ ਤੋਂ ਵੱਡੀ ਚੀਜ਼, ਅੱਜ ਕੱਲ੍ਹ ਤੁਸੀਂ ਸੁਣਿਆ ਹੋਣਾ ਅਡਾਸ ਬੜਾ ਫੇਮਸ ਹੋਇਆ ਫਿਰਦਾ ਕਿ ਲੋਕਾਂ ਨੂੰ ਸੇਫਟੀ ਬਹੁਤ ਕੰਸਰਨਡ ਹੈ। ਇਸ ਗੱਡੀ ਦੇ ਵਿੱਚ 35+ ਸਟੈਂਡਰਡ ਸੇਫਟੀ ਫੀਚਰ ਨੇ ਜਿਹਦੇ ਵਿੱਚ ਅਸੀਂ ਤੁਹਾਨੂੰ ਆਪਣੀ AX ਸੀਰੀਜ਼ ਰੇਂਜ ਦੇ ਵਿੱਚ ਤੁਹਾਨੂੰ ਅਡਾਸ ਸਟੈਂਡਰਡ ਦੇਵਾਂਗੇ। ਵਾਹ, ਵਿਦ 10 ਫੀਚਰਸ ਅਡਾਸ ਤੁਹਾਨੂੰ ਇਸ ਗੱਡੀ ਦੇ ਵਿੱਚ ਲੈਵਲ 2 ਮਿਲਦਾ। ਸੋ ਸੇਫਟੀ ਦੇ ਜਿਹਨਾਂ ਜੋ ਲੋਕ ਸੇਫਟੀ ਦੇ ਲਈ ਕੰਸਰਨ ਨੇ, ਬਿਕੋਜ਼ ਅੱਜ ਦੀ ਡੇਟ ਦੇ ਵਿੱਚ ਸਾਰਿਆਂ ਨੂੰ ਸੇਫਟੀ ਬਹੁਤ ਮੈਟਰ ਕਰਦੀ ਹੈ ਫੋਰ ਦੀ ਫੈਮਿਲੀ ਐਂਡ ਆਲ, ਸੋ ਸੇਫਟੀ ਦੇ ਲਈ ਇਹਦੇ ਵਿੱਚ ਤੁਹਾਨੂੰ ਅਡਾਸ ਵੀ ਮਿਲ ਰਿਹਾ ਐਂਡ ਮੋਰ ਓਵਰ 6 ਏਅਰਬੈਗ ਅਸੀਂ ਤੁਹਾਨੂੰ ਜਿਹੜੇ ਸਟੈਂਡਰਡ ਦੇ ਰਹੇ ਹਾਂ। ਕਿਆ ਬਾਤ ਹੈ ਬਾਜੀ, ਕਿਆ ਬਾਤ ਹੈ। ਟੋਪ ਐਂਡ ਦੇ ਵਿੱਚ ਜਿਹੜੇ ਮਿਊਜ਼ਿਕ ਦੇ ਦੀਵਾਨੀ ਨੇ, ਹੁਣ ਪੰਜਾਬ ਦੀ ਗੱਲ ਕਰੀਏ ਆਪਾਂ, ਸਾਨੂੰ ਮਿਊਜ਼ਿਕ ਚਾਹੀਦਾ ਰਾਈਟ, ਤਾਂ ਅਸੀਂ ਨੋਰਮਲ ਤੁਹਾਨੂੰ ਮਿਊਜ਼ਿਕ ਸਿਸਟਮ ਨਹੀਂ, ਦਿਸ ਟਾਈਮ ਵੀ ਆਰ ਗੋਇੰਗ ਟੂ ਆਫਰ ਯੂ ਹਰਮਨ ਕਾਰਡਨ। ਹਰਮਨ ਗਾਰਡਨ ਦਾ ਮਿਊਜ਼ਿਕ ਸਿਸਟਮ ਹੈ ਜੀ, ਵਾਹ। ਸੋ ਹਰਮਨ ਗਾਰਡਨ ਮਿਊਜ਼ਿਕ ਸਿਸਟਮ ਵਿਦ 9 ਸਪੀਕਰਸ ਤੁਹਾਨੂੰ ਇਸ ਗੱਡੀ ਦੇ ਵਿੱਚ ਮਿਲ ਜਾਂਦਾ, 10.5 ਇੰਚ ਦੀਆਂ ਸਕਰੀਨਾਂ, ਠੀਕ ਹੈ, ਵੈਂਟੀਲੇਟਡ ਸੀਟਸ। ਅਤੇ ਜਦੋਂ ਆਫ ਰੋਡਿੰਗ ਦੀ ਗੱਲ ਕਰਨੀ ਹੈ, ਇਸ ਗੱਡੀ ਦੇ ਵਿੱਚ ਅਸੀਂ ਇੰਡੀਆਜ਼ ਫਸਟ ਤੁਹਾਨੂੰ ਕਰੋਲ ਸਮਾਰਟ ਦੇਵਾਂਗੇ। ਓਕੇ, 1 ਕਰੋੜ ਤੋਂ ਥੱਲੇ ਦੀ ਗੱਡੀ ਦੇ ਵਿੱਚ ਉਹ ਫੀਚਰ ਨਹੀਂ ਆਉਂਦਾ, ਵਾਹ, ਅਸੀਂ ਤੁਹਾਨੂੰ ਇਸ ਗੱਡੀ ਦੇ ਵਿੱਚ ਆਫਰ ਕਰਨ ਵਾਲੇ ਹਾਂ 4x4 ਦੇ ਵਿੱਚ। ਅਤੇ ਜਿਹੜੇ ਦੀਵਾਨੇ ਨੇ 4x4 ਮਤਲਬ ਆਫ ਰੋਡਿੰਗ ਕਰਨ ਦੇ, ਜਿਹੜੇ ਐਨਥੂਜ਼ੀਆਸ ਨੇ, ਉਹਨਾਂ ਲਈ ਇੱਕ ਹੋਰ ਖੁਸ਼ਖਬਰੀ ਹੈ, ਇਸ ਗੱਡੀ ਦੇ ਵਿੱਚ ਅਸੀਂ ਤੁਹਾਨੂੰ ਇੰਡੀਆਜ਼ ਫਸਟ ਇੰਟੈਲੀਟਰਨ ਫੀਚਰ ਆਫਰ ਕਰਾਂਗੇ, ਜਿਹੜਾ ਕਿ 2 ਕਰੋੜ ਦੇ ਥੱਲੇ ਤੁਹਾਨੂੰ ਮਿਲ ਨਹੀਂ ਸਕਦਾ ਗੱਡੀ ਦੇ ਵਿੱਚ। ਫੀਚਰ ਹੈ ਕਿਹੜਾ, ਇੰਟਰਨਲ ਫੀਚਰ ਹੈ ਕੋਈ? ਸੋ ਉਹ ਆਫ ਰੋਡਿੰਗ ਦੇ ਫੀਚਰ ਹੈ, ਸੋ ਯੂ ਵਿਲ ਫਾਈਂਡ ਔਨ ਦਾ ਰਾਈਟ ਹੈਂਡ ਸਾਈਡ। ਓਕੇ ਓਕੇ, ਠੀਕ ਹੈ। ਸੋ ਉਸਨੂੰ ਐਕਟੀਵੇਟ ਕਰਨਾ ਹੁੰਦਾ ਐਂਡ ਜਿਹੜੇ ਲਾਉ ਨਜ਼ਾਰੇ ਆਫ ਰੋਡ ਪੂਰੇ ਨਜ਼ਾਰੇ ਗ੍ਰੇਟ। ਐਂਡ ਭਾਜੀ ਇਹਦੇ ਵਿੱਚ ਜੇ ਬੇਸਿਕਲੀ ਸਟਰਕਚਰ ਵੀ ਚੇਂਜ ਹੋਇਆ ਕੁਝ? ਸੋ ਜੇ ਤੁਸੀਂ ਦੇਖੋਗੇ, ਯੈਸ, ਆਪਾਂ ਪੂਰਾ ਪੂਰਾ ਇਸ ਵਾਰ ਜਿਹੜਾ ਹੈ ਸੀਟਸ ਦੇਖ ਪਾ ਰਹੇ ਨਾ ਯਾਰ, ਬੜੀ ਕੰਫਰਟੇਬਲ ਤੇ ਬੜੀ ਯੂ ਨੋ ਰਿਲੈਕਸੇਬਲ ਸੀਟਸ ਨੇ ਇਹਦੇ। ਯੈਸ, ਸੋ ਦੀਸ ਆਰ ਦੀ ਬਾਡੀ ਹਗਿੰਗ ਸੀਟਸ ਇਫ ਯੂ ਫਾਈਨ। ਐਂਡ ਰੀਅਰ ਸੀਟ ਦੀ ਗੱਲ ਕਰੋਗੇ, ਇਟ ਇਜ਼ ਵੈਰੀ ਮਚ ਕੰਫਰਟੇਬਲ। ਤੇ ਜਿਵੇਂ ਹੁਣ ਭਾਜੀ ਪਿੱਛੇ ਬੈਠੇ ਨੇ, ਤੇ ਇਸ ਟਾਈਮ ਦੇ ਆਰ ਵੈਰੀ ਕੰਫਰਟੇਬਲ ਐਂਡ ਮਲਟੀ ਰਿਕਲਾਈਨ ਸੀਟ ਹੈਗੀ ਹੈ। ਐਂਡ ਦਿਸ ਇਜ਼ ਦੀ ਫਸਟ ਟਾਈਮ ਯਹਾਂ ਪੇ ਜਿੱਥੇ ਤੁਸੀਂ ਦੇਖੋਗੇ ਕਿ ਬਾਡੀ ਔਨ ਫਰੇਮ ਹੋਣ ਦੇ ਬਾਵਜੂਦ ਤੁਹਾਨੂੰ ਫਲੈਟ ਫਲੋਰ ਮਿਲਦਾ ਹੀ। ਓਕੇ, ਸੋ ਦੇਰ ਇਜ਼ ਨੋ ਹੰਪ, ਤੇ ਜਿਹੜਾ ਵਿੱਚ ਬੰਦਾ ਬੈਠਿਆ ਉਹਨੂੰ ਵੀ ਬਹੁਤ ਆਰਾਮ ਰਹਿਣ ਵਾਲਾ। ਬਿਲਕੁਲ ਜੀ, ਬਿਲਕੁਲ। ਐਂਡ ਭਾਅ ਜੀ ਇੱਕ ਚੀਜ਼ ਹੋਰ ਹੈ ਜਿਹੜੀ ਮੈਂ ਨਾ ਜਾਣਨੀ ਚਾਹੁੰਦਾ ਹਾਂ ਕਿ ਜਿਹੜੀ ਥਾਰ ਇਹ 5 ਸੀਟਰ ਦੀ ਗੱਲ ਕੀਤੀ, ਉਹ ਸਾਨੂੰ ਇੱਕ ਵਾਰ ਨਾ ਖੋਲ ਕੇ ਦਿਖਾ ਦਿਓ ਮਾੜੇ ਜਿਹਾ, 5 ਕਿਹੜੇ ਨੇ, ਕਿਉਂਕਿ 2 ਅਸੀਂ ਹੋ ਗਏ। ਆਹ ਜੀ ਹੁਣ ਤੁਹਾਡੇ ਦਿਲ ਦਾ ਇੱਕ ਵਾਰ ਵਹਿਮ ਜਿਹਾ ਕੱਢਦੇ ਹਾਂ, ਇੱਕ ਤਾਂ ਇਹ ਹੋਗੀ ਤਾਂ ਇਹ ਹੋਗੀ, ਇਹ ਤੁਸੀਂ ਦੇਖੀ ਹੋਈ ਹੈ ਹੈ ਨਾ ਥਾਰ ਜਿਹੜੀ ਪੁਰਾਣੀ ਵਾਲੀ ਹੈਗੀ ਹੈ। ਆ ਜਾਓ ਜੀ ਭਾਜੀ, ਦੀਜ਼ ਆਰ ਦੀ ਰੀਅਰ ਸੀਟਸ। ਓਕੇ, ਤੇ ਮੈਂ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਬਹਿ ਕੇ ਦੇਖੋ ਇਸ ਗੱਡੀ ਦੇ ਵਿੱਚ ਤੇ ਸੀਟ ਦੇ ਕੰਫਰਟ ਦੇਖੋ ਕਿ ਤੁਹਾਨੂੰ ਕਿੰਨਾ ਕੰਫਰਟ ਮਿਲਦਾ ਹੈ। ਗ੍ਰੇਟ ਜੀ ਗ੍ਰੇਟ। ਤਾਂ ਇਹ ਰਹੀ ਜੀ ਤੁਹਾਡੇ ਕੋਲ ਆਪਾਂ ਜਿਹੜੇ ਬਹਿ ਗਏ ਹਾਂ ਪਿੱਛੇ, ਤੇ ਕਿੰਨਾ ਸੌਖਾ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਮਤਲਬ ਭਾਜੀ ਐਦਾਂ ਲੱਗਦਾ ਕਿ ਸੈਲਬਸ ਜਿਵੇਂ ਜਿਵੇਂ ਡਿਮਾਂਡ ਵੱਧਦੀ ਹੈ ਤਾਂ ਮਹਿੰਦਰਾ ਵਾਲਿਆਂ ਨੇ ਫੱਟੇ ਚੱਕਣੇ ਆ ਹੋਰ। ਗ੍ਰੇਟ ਭਾਜੀ, ਤਾਂ ਮੈਂ ਜ਼ਰੂਰ ਇਹ ਸੀਟ ਅੱਗੇ ਵੀ ਹੋ ਜਾਂਦੀ ਹੈ? ਯੈਸ ਯੈਸ ਬਿਲਕੁਲ, ਤੁਸੀਂ ਸਾਈਡ ਤੋਂ ਆਪਣਾ ਜਿਹੜਾ ਹੈਗਾ ਰਿਕਲਾਈਨਰ ਵੀ ਸਿੱਧਾ ਵੀ ਕਰ ਸਕਦੇ ਹੋ। ਓਕੇ ਓਕੇ, ਮਲਟੀ ਪੁਆਇੰਟ ਰਿਕਲਾਈਨ ਸੀਟਸ। ਓਕੇ, ਐਂਡ ਭਾਜੀ ਜਿਹੜਾ 5 ਸੀਟਰ ਦੀ ਗੱਲ ਕੀਤੀ ਕਿ ਉਹ ਇਹੀ ਹੈ ਵੀ ਇੱਥੇ 3 ਜਣੇ ਆਰਾਮ ਨਾਲ ਖੁੱਲ੍ਹ ਕੇ ਬਹਿ ਸਕਦੇ ਆਰਾਮ ਨਾਲ। ਮੈਂ ਤੁਹਾਡੇ ਨਾਲ ਬੈਠਦਾ, ਮੈਂ ਇੱਕ ਹੋਰ ਬਿਠਾਉਂਦਾ, ਤੁਸੀਂ ਦੇਖਿਓ ਕਿੰਨਾ ਕੰਫਰਟ ਹੈਗਾ। ਨਹੀਂ ਨਹੀਂ ਭਾਅ ਜੀ, ਤੁਹਾਡੇ ਵਰਗੇ 2 ਬੈਠਣਗੇ ਭਾਅ ਜੀ, 3 ਬੈਠਾਂਗੇ ਆਪਾਂ। ਗ੍ਰੇਟ, ਤਾਂ ਬਈ ਥਾਰ ਨੇ ਭਾਅ ਜੀ ਫੱਟੇ ਚੱਕਦੇ ਆ। ਜਿਹੜੀ ਏ ਸ਼ੇਪ ਦੀ ਗੱਲ ਕਰੀਏ ਨਾ, ਏ ਸ਼ੇਪ ਯਾਦ ਦਿਵਾਉਂਦੀ ਹੈ ਰੂਬੀਕੋਨ ਦੀ।
ਸੋ ਬੇਸਿਕਲੀ ਭਾਅ ਜੀ ਇਟ ਇਜ਼ ਨੋਟ ਰੂਬੀ ਗਾਂ ਦੀ ਸ਼ੇਪ ਇੱਥੇ ਜਿਹੜਾ ਇਸ ਵਾਰ ਡਿਜ਼ਾਇਨ ਫੈਕਟਰ ਰਿਜ ਉਹਨੂੰ ਇੱਥੇ ਦਿੱਤਾ ਹੋਇਆ, ਠੀਕ ਹੈ। ਸੋ ਪ੍ਰੀਵੀਅਸਲੀ ਥਾਰ ਦੇ ਵਿੱਚ ਤੁਸੀਂ ਦੇਖੋਗੇ ਰੂਲ ਕੇਜ ਆਉਂਦੀ ਸੀਗੀ, ਅਤੇ ਉਹ ਰੂਲ ਕੇਜ ਦੇਣ ਦਾ ਕਾਰਨ ਸੀਗਾ ਤਾਂ ਪਿਛਲੀ ਵਾਰ ਜਿਹੜੀ ਟੋਪ ਜਿਹੜਾ ਟੋਪ ਸੀਗਾ ਦੈਟ ਇਜ਼ ਨੋਟ ਫਰੋਮ ਮੈਟਲ, ਹੈ ਨਾ, ਪਰ ਦਿਸ ਟਾਈਮ ਇਟ ਇਜ਼ ਮੈਟਲ, ਤੁਹਾਨੂੰ ਇਸਦਾ ਮੈਟਲ ਟੋਪ ਮਿਲਣ ਵਾਲਾ, ਠੀਕ ਹੈ। ਉਹ ਸਟਰਕਚਰ ਜਿਹੜਾ ਹੈਗਾ ਬਹੁਤ ਮਜ਼ਬੂਤ ਆ, ਅਤੇ ਉਸ ਡਿਜ਼ਾਇਨ ਫੈਕਟਰ ਉੱਥੇ ਦਿੱਤਾ ਗਿਆ। ਬੈਕ ਤੋਂ ਕੁਝ ਟਾਇਰਸ ਦਾ ਮੈਨੂੰ ਵੀ ਦੱਸੋ ਇੱਕ ਵਾਰ। ਬਿਲਕੁਲ ਬਿਲਕੁਲ ਭਾਅ ਜੀ, ਸੋ ਟਾਇਰ ਸਾਈਜ਼ ਦੀ ਗੱਲ ਕਰੀਏ ਤੁਹਾਡੇ ਸਾਹਮਣੇ 18 ਇੰਚ ਦਾ ਅਲੋਏ ਵੀਲ ਹੈ, ਅਤੇ ਇਹਦੇ ਵਿੱਚ ਜਿਹੜਾ ਟੋਪ ਐਂਡ ਹੈਗਾ ਤੁਹਾਨੂੰ 19 ਦਾ ਅਲੋਏ ਵੀਲ ਮਿਲ ਜਾਂਦਾ ਵਿੱਚ, ਅਤੇ ਗੱਡੀ ਲੁੱਕ ਨੂੰ ਹੋਰ ਜ਼ਿਆਦਾ ਐਨਹਾਂਸ ਕਰ ਰਿਹਾ ਉਹ। ਓਕੇ, ਸਾਡੇ ਇੱਥੇ ਅਲੋਏ ਦੇ ਤਾਂ ਬਹੁਤ ਜ਼ਿਆਦਾ ਡਿਮਾਂਡ ਹੈ ਨਾ, ਲੋਕ ਗੱਡੀ ਬਾਅਦ 'ਚ ਘਟਾਉਂਦੇ ਨੇ ਪਹਿਲੇ ਅਲੋਏ ਪਾਉਂਦੇ ਨੇ, ਤਾਂ ਅਲੋਏ ਵਾਲਾ ਕੰਮ ਇੱਥੇ ਪਹਿਲੀ ਇਸ ਵਾਰ ਦਿੱਤਾ ਹੋਇਆ, ਸਿਰਾ ਕੀਤਾ ਪਿਆ। ਆਪਾਂ ਇੱਕ ਵਾਰ ਬੈਕ ਤੋਂ ਹੀ ਭਾਅ ਜੀ ਮੇਰੇ ਕੋਲ ਡਿਸਕ ਯੂ ਨੋ ਐਕਸਪਲੇਨ ਕਰ ਦਿਓ ਕਿ ਬੈਕ ਵਿੱਚ ਕੀ ਹੈ। ਸੋ ਭਾਅ ਜੀ ਦਿਸ ਟਾਈਮ ਸਭ ਤੋਂ ਮੇਨ ਚੀਜ਼ ਅਗਰ ਮੈਂ ਪਿੱਛੇ ਲਾਈਟ ਦੀ ਗੱਲ ਕਰਾਂ, ਲਾਈਟ ਜਿਹੜੀ ਦਿੱਤੀਆਂ ਗਈਆਂ ਇਹ ਜੋ ਤੁਸੀਂ ਦੇਖੋਗੇ ਇਟ ਇਜ਼ ਕੰਪਲੀਟ ਐਲਈ, ਦਿਸ ਇਜ਼ ਦੀ ਐਲਈ ਡੀ ਸੈਟਅਪ, ਠੀਕ ਹੈ। ਅਤੇ ਇਹ ਜਿਹੜਾ ਸੀ ਸ਼ੇਪ ਹੈ, ਲੋਕ ਪਹਿਲੇ ਬਾਹਰ ਮੋਡੀਫਿਕੇਸ਼ਨਾਂ ਕਰਾਉਂਦੇ ਸੀਗੇ ਜਿੱਥੇ ਉਹ DRL ਕਰਾਉਂਦੇ ਸੀਗੇ, ਰਾਈਟ। ਦਿਸ ਟਾਈਮ ਇਹ ਤੁਹਾਨੂੰ ਸਟੈਂਡਰਡ ਮਿਲ ਜਾਂਦੀ ਹੈ ਇਸ ਗੱਡੀ ਦੇ ਵਿੱਚ, ਦੀਜ਼ ਆਰ ਦੀ DRL ਜੋ ਸੀ ਸ਼ੇਪ ਉਹਨੂੰ ਇੱਥੇ ਮਿਲ ਰਹੀ ਹੈ। ਤੁਸੀਂ ਜਿਹੜਾ ਸਭ ਕੁਝ ਦੱਸਿਆ ਹੈਗਾ ਇਹ ਬੇਸ ਮਾਡਲ ਵਿੱਚ ਵੀ ਅਵੇਲੇਬਲ ਹੋਏਗਾ? ਸੋ ਦੀਜ਼ ਲਾਈਟਸ ਆਰ ਅਵੇਲੇਬਲ ਇਨ ਬੇਸ ਵੇਰੀਅੰਟ ਆਲਸੋ। ਓਕੇ, ਤਾਂ ਬੇਸ ਮਾਡਲ ਤੇ ਇਹਦੇ ਵਿੱਚ ਕੀ ਚੀਜ਼ ਨਹੀਂ ਹੋਏਗੀ? ਸੋ ਇਸ ਵਾਰ ਤੁਸੀਂ ਬੇਸ ਵੇਰੀਅੰਟ ਜਦ ਤੁਸੀਂ ਦੇਖੋਗੇ ਨਾ ਤੁਸੀਂ ਕਹੋਗੇ ਇਹ ਬੇਸ ਹੈ ਹੀ ਨਹੀਂ। ਓਕੇ, ਪੁਸ਼ ਬਟਨ ਸਟਾਰਟ ਵਰਗੇ ਫੀਚਰਸ ਜਿਹੜੇ ਲੋਕ ਨੋਰਮਲੀ ਟੋਪ ਐਂਡ ਗੱਡੀਆਂ ਟੋਪ ਐਂਡ ਵੇਰੀਅੰਟ ਦੇ ਵਿੱਚ ਦਿੰਦੇ ਆ, ਅਸੀਂ ਇਸੇ ਤੁਹਾਨੂੰ ਬੇਸ ਵੇਰੀਅੰਟ ਤੋਂ ਸ਼ੁਰੂ ਕਰ ਰਹੇ ਹਾਂ। ਅੱਛਾ, ਬੇਸ ਮਾਡਲ ਪੁਸ਼ ਬਟਨ ਸਟਾਰਟ ਤੁਹਾਨੂੰ ਬੇਸ ਵੇਰੀਅੰਟ ਤੋਂ ਮਿਲਣਾ ਸ਼ੁਰੂ ਹੋ ਜਾਣਾ। ਸਭ ਤੋਂ ਵੱਡੀ ਖਾਸੀਅਤ ਇਸ ਗੱਡੀ ਦੀ ਤੁਸੀਂ ਇਹਦਾ ਫਲੋਰ, ਅੱਜ ਤੱਕ ਤੁਸੀਂ ਦੇਖਿਆ ਨਹੀਂ ਹੋਣਾ ਕਿ ਨੋਰਮਲੀ ਗੱਡੀਆਂ ਦਾ ਫਲੋਰ ਧੋਇਆ ਨਹੀਂ ਜਾ ਸਕਦਾ, ਬਟ ਦੀਜ਼ ਫਲੋਰਸ ਆਰ ਵਾਸ਼ੇਬਲ। ਕਿਆ ਬਾਤ, ਇਹਦੇ ਫਲੋਰ ਵੀ ਜਿਹੜੇ ਜਿਹੜੇ ਵਾਸ਼ੇਬਲ ਹੈ। ਨਾਲ ਮੈਂ ਸਭ ਤੋਂ ਪਹਿਲਾਂ ਇੱਕ ਚੀਜ਼ ਹੋਰ ਦਿਖਾਉਣਾ ਚਾਹਾਂਗਾ ਤੁਹਾਨੂੰ, ਤੁਸੀਂ ਇਹਦਾ ਬੂਟ ਸਪੇਸ ਦੀ ਗੱਲ ਕਰਦੇ ਹੋ ਭਾਅ ਜੀ, ਕਿਆ ਬਾਤ ਹੈ, ਦਿਸ ਇਜ਼ ਦੀ ਬੂਟ ਸਪੇਸ। ਇਹ ਰਿਹਾ ਜੀ ਬਈ ਤੁਹਾਡੇ ਅੱਗੇ ਜਿਹੜਾ ਆਪਾਂ ਕਹਿੰਦੇ ਸੀਗੇ ਨਾ ਕਿ ਬਾਈ ਭਾਈ, ਵੈਸੇ ਸੱਚੀ ਗੱਲ ਇਹ ਜਿਹੜੇ ਪੰਜਾਬੀ ਹੁੰਦੇ ਆ ਨਾ, ਪੰਜਾਬੀ ਇਹਨੂੰ ਵੀ ਸੀਟ ਮੰਨ ਲੈਂਦੇ ਆ, ਉਹਨਾਂ ਨੇ ਕਿਹੜਾ ਲਗੇ ਲੁਗੀ ਤਾਂ ਕਿੱਥੇ, ਜੇ ਆਪਾਂ ਕਿਤੇ ਟੂਰ ਦਾ ਪਲਾਨ ਮੰਨ ਲਿਆ 6 ਜਣੇ ਨਹੀਂ ਬਹਿ ਤਾਂ ਇੱਕ ਇੱਥੇ ਬਹਿ ਜੂਗਾ ਭਾਅ ਜੀ, ਇੱਕ ਨਾਲ ਫਰਿੱਜ ਵੀ ਰੱਖਾਂਗੇ। ਭਾਅ ਜੀ ਛੱਤ ਦੀ ਗੱਲ ਕਰੀਏ, ਛੱਤ ਵਿੱਚ ਕੀ ਚੇਂਜ ਹੈ? ਸੋ ਦਿਸ ਟਾਈਮ ਦਿਸ ਇਜ਼ ਮੈਟਲ ਟੋਪ। ਓਕੇ, ਇਹ ਜਿਹੜਾ ਪੂਰਾ ਸੈਟਅਪ ਹੈ ਦਿਸ ਟਾਈਮ ਦਿਸ ਇਜ਼ ਮੈਟਲ। ਸੋ ਕਸਟਮਰ ਦੀ ਡਿਮਾਂਡ ਸੀਗੀ ਯਾਰ ਮੈਟਲ ਟੋਪ ਚਾਹੀਦਾ ਹੈ ਨਾ, ਸੋ ਇਹ ਥਾਰ ਰੌਕ ਜਿਹੜੀ ਉਹ ਮੈਟਲ ਟੋਪ ਦੇ ਨਾਲ ਹੈ, ਠੀਕ ਹੈ। ਐਂਡ ਦਿਸ ਟਾਈਮ ਸਾਇਲੈਂਟ ਇਜ਼ ਵੈਰੀ ਕੈਬਿਨ, ਮਤਲਬ ਇਨਸੂਲੇਟਡ ਹੈ, ਪੂਰਾ ਸਾਇਲੈਂਟ ਕੈਬਿਨ ਹੈ ਇਸ ਤਰ੍ਹਾਂ ਤੁਹਾਨੂੰ ਜਿਹੜਾ ਮਿਲ ਰਿਹਾ ਇੱਥੇ। ਸੋ ਕਸਟਮਰ ਦੀ ਡਿਮਾਂਡ ਦੇ ਇੱਥੇ ਮੈਟਲ ਟੋਪ ਨੂੰ ਮਿਲ ਜਾਂਦਾ। ਮੈਂ ਕਿਹਾ ਤੁਸੀਂ ਜਦੋਂ ਨਾ ਇਹ ਲੁੱਕ ਦੇਖੋ ਹੈ ਨਾ ਵੀ ਕਿੰਨੀ ਪਿਆਰੀ ਲੱਗ ਰਹੀ ਹੈ ਜਦੋਂ, ਯੈਸ, ਹੈ ਨਾ। ਇਹ ਜਿਹੜਾ ਯੂਰੋ ਭਾਈ ਜਿਹੜਾ ਇੰਟੀਰੀਅਰ ਵਰਕ ਕੀਤਾ ਗਿਆ ਨਾ ਇਹ ਥਾਰ ਰੌਕਸ 'ਤੇ, ਬੜਾ ਕਮਾਲ ਦਾ ਕੀਤਾ ਗਿਆ ਭਾਅ ਜੀ, ਬਹੁਤ ਲਗਜ਼ਰੀ ਲੱਗਦੀ ਹੈ। ਅਤੇ ਤੁਸੀਂ ਇੱਕ ਚੀਜ਼ ਜਦੋਂ ਤੁਸੀਂ ਚੜ੍ਹੇ ਸੀ ਨਾ ਤੁਸੀਂ ਨੋਟ ਨਹੀਂ ਕੀਤੀ, ਉਹ ਮੈਂ ਤੁਹਾਨੂੰ ਨੋਟ ਕਰਾਉਣਾ, ਤੁਸੀਂ ਦੇਖੋਗੇ ਦਰਵਾਜ਼ਾ ਕਿੰਨਾ ਖੁੱਲ ਪਾ ਰਿਹਾ। ਨੋਰਮਲੀ ਗੱਡੀਆਂ ਦੇ ਵਿੱਚ ਇੱਦਾਂ ਖੁੱਲਦਾ, ਅਤੇ ਮੇਰੇ ਵਰਗੇ ਨੂੰ ਜੇ ਚੜ੍ਹਨਾ ਪੈਂਦਾ ਨਾ ਬੜਾ ਔਖਾ ਹੋ ਜਾਂਦਾ, ਬਟ ਦਿਸ ਟਾਈਮ ਤੁਹਾਨੂੰ ਫੁੱਟ ਸਟੈਪ ਸਟੈਂਡਰਡ ਮਿਲ ਜਾਣੇ ਆ, ਜਿਹੜੇ ਦਰਵਾਜ਼ੇ ਉਹ 90 degrees ਤੱਕ ਓਪਨ ਹੋਣਗੇ, ਮੇਰੇ ਵਰਗੇ ਨੂੰ ਵੀ ਚੜ੍ਹਨਾ ਸੌਖਾ ਹੈ। ਸੋ ਕੋਸਟਿੰਗ ਦੇ ਲਈ ਪ੍ਰਾਈਜ਼ਿੰਗ ਦੀ ਗੱਲ ਕਰਾਂ ਤਾਂ 12,99,000 ਤੋਂ ਸ਼ੁਰੂ ਹੋ ਜਾਂਦੀ ਹੈ ਬੇਸ ਵੇਰੀਅੰਟ ਦਾ, 12,99,000 ਦਾ, ਅਤੇ ਜਿਹੜਾ ਟੋਪ ਐਂਡ ਉਹ ਹਲੇ 20,99,000 ਤੱਕ ਹੈ ਰੀਅਰ ਵੀਲ ਡਰਾਈਵ ਦਾ। ਬਟ ਤੁਸੀਂ ਗੱਲ ਕਰੋਗੇ ਹਲੇ 4x4 ਦੀ ਪ੍ਰਾਈਜ਼ ਹਲੇ ਡਿਕਲੇਅਰ ਨਹੀਂ ਹੈ 4x4 ਦੇ, ਬਟ ਰੀਅਰ ਵੀਲ ਡਰਾਈਵ ਦੇ ਪ੍ਰਾਈਜ਼ ਅਨਵੀਲ ਹੋ ਚੁੱਕੇ ਹਨ। ਮਤਲਬ ਕੀ ਹੈ ਕਿ ਚਲੋ 17-18 ਲੱਗ ਗਏ ਸਕੇ ਤੁਸੀਂ ਲੈ ਸਕਦੇ। ਯੈਸ, ਦਿਸ ਇਜ਼ ਦਾ ਸਪੈਸੀਫਿਕ ਵੇਰੀਅੰਟ, ਦਿਸ ਇਜ਼ ਫਾਰ 1650 ਇੱਕ ਸ਼ੋਰੂਮ ਫੋਰ 49,000। ਐਂਡ ਭਾਜੀ ਬਈ ਬਈ ਬੜੀ ਜ਼ਿਆਦਾ ਖੁਸ਼ੀ ਹੈ ਇਸ ਥਾਰ ਰੌਕਸ ਦੀ, ਕਿਉਂਕਿ ਮੈਨੂੰ ਐਂ ਲੱਗਦਾ ਕਿ ਅੱਜ ਇਹ ਫਾਈਨਲੀ ਇੱਥੇ ਪੰਜਾਬ 'ਚ ਆ ਗਈ, ਇੱਥੇ ਹੁਣ ਇਹਨੇ ਪੰਜਾਬ 'ਚ ਐਸਾ ਚੱਲਣਾ ਕਿ ਹੁਣ ਥਾਰ ਹੀ ਥਾਰ ਦੇਖਣੇ ਪਈ ਸੜਕਾਂ 'ਤੇ ਨਾ। ਕਈ ਵਾਰ ਨਾ ਲੋਕ ਮਜਬੂਰ ਹੋ ਜਾਂਦੇ ਆ, ਜਦੋਂ ਕੋਈ ਇੱਕ ਬੰਦਾ ਲੈਂਦਾ ਨਾ ਦੂਜੇ ਦਿਲ ਕਰਦਾ ਕਿ ਅਸੀਂ ਵੀ ਲਈਏ। ਭਾਅ ਜੀ ਮੈਂ ਇੱਕ ਚੀਜ਼ ਜਾਣਦਾ, ਜ਼ਿੰਦਗੀ ਬੜੀ ਛੋਟੀ ਹੈ ਅਤੇ ਮੈਂ ਬੋਰਿੰਗ ਗੱਡੀਆਂ ਕਾਹਨੂੰ ਚਲਾਉਣੀਆਂ,
ਜੇ ਫਿਰ ਗੱਡੀ ਚਲਾਉਣੀ ਹੈ ਫਿਰ ਰੌਕ ਸਟਾਰ ਵਾਲੀ ਫੀਲ ਲਾਉਣਾ, ਦੈਟ ਇਜ਼ ਵਾਈ ਦਿਸ ਇਜ਼ ਥਾਰ ਰੌਕਸ। ਆਪਾਂ ਇਹਨੂੰ ਇੱਕ ਤਾਂ ਰੌਕ ਸਟਾਰ ਤਾਂ ਕਹਿ ਰਹੇ ਹਾਂ, ਆਪਾਂ ਇਹ ਕਹਿ ਰਹੇ ਹਾਂ ਕਿ ਇਹ ਗੱਡੀ ਨਹੀਂ ਹੈ, ਇਹ ਐਸਪੀਰੇਸ਼ਨ ਹੈ, ਔਰ ਇਹਨੂੰ ਆਪਾਂ ਕਹਿ ਰਹੇ ਹਾਂ ਦੀ ਐਸ ਯੂ ਵੀ। ਸੋ ਦੈਟ ਇਜ਼ ਦ ਰੀਜ਼ਨ ਵੀ ਆਰ ਸੇਇੰਗ ਇਟ ਦੀ ਐਸ ਯੂ ਵੀ। ਘੋੜਾ ਕਹਿ ਸਕਦੇ ਦੈਨ। ਥੈਂਕ ਯੂ ਬਾਈ।